ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਭਾਜੀ ਬਾਈ, ਇਹਦੀ ਰਿਪੇਅਰ ਤਾਂ ਹੋ ਗਿਆ ਕੰਮ ਓਕੇ, ਮਤਲਬ ਲੀਵਰ ਲਾਉਣਾ ਇਹਦਾ ਸਾਰਾ ਸਮਾਨ, ਮਤਲਬ ਤਾਂ ਤਸੱਲੀ ਕਰਤੀ ਆਪਣੇ ਕਨੀ ਦੇ, ਬਾਕੀ ਹੁਣ ਮਾਲਕ ਦੇ ਹੱਥ ਆ ਨਾ, ਵੀ ਕੋਈ ਕਮੀ ਤਾਂ ਛੱਡੀ ਨਹੀਂ ਹੈਗੀ, ਕੋਈ ਵਾਇਰਿੰਗ ਕੋਈ ਹੋਰ ਲੱਲਾ ਸੀਟ ਜੈਟ ਕਹਿੰਦੇ ਪੱਟ ਕੇ ਤਸੱਲੀ ਕਰਕੇ, ਬਸ ਇਹਦਾ ਲੀਵਰ ਲਾਉਣਾ ਕਰਮ ਵਾਲੀ ਦਾ। ਪੱਪੂ ਓਏ ਕਰ ਸਟਾਰਟ ਬਾਈ, ਇੱਧਰ ਝੋਟੇ ਲੱਗੇ ਹੋਏ ਆ ਬਾਈ, ਪੱਖੀ ਅੰਦਰ ਕਰਨ ਵਾਲਾ ਕੰਮ ਆ, ਆਹ ਟੋਕਰਾ ਕਸਿਆ ਸਾਰਾ ਟੈਂਕੀ ਤੇ ਵੀ ਲੈਮੀਨੇਸ਼ਨ ਕਰਾਤਾ ਨਾਲ ਹੀ, ਟੈਂਕੀ ਤੇ ਵੀ ਤੇਲ ਵਾਲੀ ਤੇ ਲੈਮੀਨੇਸ਼ਨ, ਪਤਾ ਕਿਆ ਸੋਹਣਾ ਲੱਗਦਾ ਬਲੈਕ ਕਾਲਾ, ਹੈਨਾ ਮੈਂ ਕਹਿੰਦਾ ਸਾਰੀ ਨੂੰ ਕਰਾ ਦੇ, ਹੈਂ ਸੋਹਣੇ ਲੱਗਦੇ ਆ। ਮਾਰਦੇ ਸਲਫ ਫਿਰ, ਇੱਕ ਨਜ਼ਾਰਾ ਬਾਈ ਇਹਨਾਂ ਮੋਟਰ ਤੇ ਮਸ਼ੀਨ ਖੋਲੀ ਦੋ, ਮੈਂ ਕਹਿੰਦਾ ਸ਼ੈੱਡ ਛੁੱਟ ਕਿਆ ਕਰੂਗਾ, ਸ਼ੈੱਡ ਦਾ ਪਰੇ ਹੈ, ਜਮੀਨ ਪਤਾ ਲੱਗਦਾ ਅੱਜ ਤਾਂ ਗਰਮੀ ਦਾ, ਮੈਂ ਹਾਂ ਚੱਲ ਕਾ ਸਟਾਰਟ ਲੈ ਬਾਬੇ ਦਾ ਨਾਂ, ਦੇਖਦੇ ਹੁਣ ਰਾਣੀ ਕਰਮ ਵਾਲੀ ਸਾਡੀ ਕਿਆ ਕਹਿੰਦੀ ਆ।
ਟਰੈਕਟਰ ਲਿਆਂਦਾ ਅੱਡੇ ਤੇ, ਇਹਦੀ ਬਸ ਟੋਕਰੀ ਕਸਣ ਤੇ ਰਹਿੰਦੀ ਆ। ਟੋਕਰੀ ਕਸਣ ਤੇ ਆਓ ਜੀ ਲੰਬੜਦਾਰ ਸਾਹਿਬ, ਸਤਿ ਸ੍ਰੀ ਅਕਾਲ। ਹੋਰ ਠੀਕ ਹੈ ਜੀ? ਇੱਕ ਚੱਲ ਕੇ ਹੁਣ ਉਹਦਾ ਹਾਲ, ਟੋਕਰੀ ਜੀ ਲਾਉਣ ਲੱਗਿਆ ਦੀ ਮਸ਼ੀਨ ਦੀ। ਅੱਛਾ, ਚਾਰੇ ਵਾਲੀ ਦੀ? ਹਾਂ ਜੀ। ਹੋਰ ਠੀਕ ਠਾਕ ਹੋ? ਟਰੈਕਟਰ ਵੱਡਾ? ਹਾਂ ਦੇ। ਅੱਛਾ, ਚੱਲਦਾ ਪੂਰਾ? ਹਾਂ ਜੀ ਹਾਂ। ਖਿੱਚੂ ਕੰਮ ਪੂਰਾ ਇਹ? ਪੂਰਾ ਜੀ ਪੂਰਾ। ਖਿਚਾਉਣੇ ਵਾਲੇ ਬਣਿਆ ਤੁਸੀਂ, ਚਾਰ ਦੱਸਿਓ ਵੀ ਕਿੱਥੇ ਪਾਉਣਾ। ਆਪਾਂ ਕੜਕ, ਆਪਾਂ ਝੋਨੇ ਵੱਢਾਂਗੇ। ਠੀਕ ਹੈ ਜੀ, ਆਪਾਂ ਝੋਨੇ ਕੜਕ ਲਈ ਜ਼ਰੂਰ ਜੀ। ਮਹਾਰਾਜ ਤੁਹਾਨੂੰ ਪਤਾ ਹੈਗਾ, ਆਪਾਂ ਹੀ ਤਾਂ ਵੱਢਦੇ ਹਾਂ ਰੌਲਾ। ਤੁਸੀਂ ਵੱਢਣਾ ਆਪਣਾ? ਓਕੇ ਓਕੇ ਮਹਾਰਾਜ, ਓਕੇ ਜੀ। ਇਹਦੀ ਟੋਕਰੀ ਰਹਿੰਦੀ ਆ ਹੁਣ ਬਸ ਲਾਉਣ ਤੇ। ਟੋਕਰੀ ਲਾਉਣ ਵਾਸਤੇ ਨਾ ਚੈਨ ਗੋਪੀ ਪੈਣੀ ਸੀ, ਚੈਨ ਗੋਪੀ ਪਈ ਨਹੀਂ ਹੈਗੀ। ਹੁਣ ਇਹਦਾ ਜਗਾੜ ਲਾ ਕੇ ਨਾ ਕੋਈ ਇਹਨੂੰ ਸ਼ੈੱਡ ਦੇ ਵਿੱਚ ਪਾਉਣਾ, ਇੱਥੇ ਉੱਥੇ ਚੈਨ ਗੋਪੀ ਪਾਉਣੀ ਆ। ਚੈਨ ਗੋਪੀ ਪੈਂਦੀ ਨਹੀਂ ਸੀ, ਕੋਈ ਚੀਜ਼ ਮਿਲਦੀ ਨਹੀਂ ਸੀ। ਫਿਰ ਰਾਜੂ ਕਹਿੰਦਾ ਵੀ ਮਸ਼ੀਨ ਕਾਲੇ ਪਾਉਣੀ ਆ, ਦਿਖਾਉਂਦੇ ਆ ਤੁਹਾਨੂੰ। ਨਾਲੇ ਅੱਜ ਰਾਣੀ ਆਪਣੇ ਵਾਲੀ ਸਟਾਰਟ ਕਰੀ ਆ, ਉਹ ਲਈ ਆਉਂਦਾ ਰਾਜੂ। ਇਹ ਪਾਉਣੀ ਆ ਚੈਨ ਗੋਪੀ, ਇੱਧਰ ਲਿਆਂਦੀ ਆਪਣੇ ਵਾਲੀ ਦਸ਼ਮੇਸ਼ ਚੋਂ ਰਾਜੂ। ਇਹ ਚਲਾ ਕੇ ਰਾਜੂ ਇਹਨੂੰ ਖੁਸ਼ ਆ ਬਾਈ, ਜਿੱਦਣ ਆਇਆ ਇਹਨੇ ਮੈਨੂੰ ਇੱਕ ਕਿਲੋਮੀਟਰ ਨਹੀਂ ਚਲਾਉਣ ਦਿੱਤੀ ਮਸ਼ੀਨ ਪਤੰਦਰ ਨੇ, ਆ ਕੇ ਮੈਂ ਹੀ ਚਲਾਉਣੀ ਜੀ ਜੇ। ਬਾਕੀ ਉੱਥੇ ਬਸ, ਬਾਕੀ ਉੱਥੇ ਪੈ ਜਾਣਾ ਇਹਦੇ ਚੈਨ ਗੋਪੀ। ਚੈਨ ਗੋਪੀ ਪਾਉਣ ਤੋਂ ਫਿਰ ਮਸ਼ੀਨ ਹੈ ਨਾ ਕਰ ਲਾਂਗੇ ਅੱਗੇ, ਟੋਕਰੀ ਟੰਗ ਕੇ ਫਿਰ ਇਹਦਾ ਦੇਖਾਂਗੇ ਹਿਸਾਬ ਕਿਤਾਬ। ਬਾਕੀ ਦੱਸੋ ਇੰਜਣ ਦੀ ਬੜਕ। ਹਾਂ ਹਾਂ, ਨਹੀਂ ਸੈੱਟ ਆ ਇੰਜਣ, ਉਹ 02 ਇੰਜਣ ਹੁੰਦਾ ਜੀ ਰਾਜੂ ਸੈੱਟ ਤੇ। ਚੱਲ ਬਾ, ਇਹਦਾ ਹੀ ਨੰਬਰ ਆਉਣਾ ਏ ਸੀ ਵਾਲੀ ਦਾ, ਕੱਲ੍ਹ ਨੂੰ ਵੇਟ ਦਿਉ, ਉਹਦਾ ਥੋੜ੍ਹਾ ਹੀ ਕੰਮ ਆ ਬਾਈ, ਇਹਦਾ ਹੀ ਕਰਨਾ ਹੁਣ ਕੰਮ ਜਿਹੜਾ ਕਰਨਾ ਨਾ। ਬਾਕੀ ਗੇਅਰਾਂ ਦੇ ਸਟਾਰ ਦੀ ਸਟਾਰ ਵਾਡੀ ਜਿਹੜੀ ਉਹ ਦੇਖਣੀ ਆ ਖੋਲ੍ਹ ਕੇ। ਹੋਰ ਤਾਂ ਵੈਸੇ ਗੇਅਰ ਗੂਰ ਤਾਂ ਓਕੇ ਪੈਂਦੇ ਆ, ਬਾਕੀ ਸੀਲਾ ਸੂਲਾ ਜੀ ਹੈ ਨਾ ਪੈਣੇ ਵਾਲੀਆਂ। ਚਲੋ ਇੰਨਾ ਕੁ ਤਾਂ ਮਾੜਾ ਮੋਟਾ ਤਾਂ ਨਾ, ਹਾਂਜੀ ਪੁਰਾਣੀ ਮਸ਼ੀਨ ਦੇ ਵਿੱਚ ਹੁੰਦਾ ਹੀ ਆ। ਹੈਂ ਰਾਜੂ ਇਹ ਅੜ ਗਿਆ, ਕਹਿੰਦਾ ਵੀ ਇਹੀ ਲੈਣੀ ਆ। ਮੇਰੀ ਤਾਂ ਸਲਾਹ 10 ਮਾਡਲ ਪ੍ਰਤੀ ਹੈ ਰਾਜੂ। 10 ਮਾਡਲ ਸਹੀ ਸਹੀ ਸੀਗਾ, ਇਹ ਸਹੀ ਲੱਗੀ ਤੈਨੂੰ?
ਗਲੀ ਪਈ ਸੀ ਹਨਾ, ਪੂੰਛ ਪਾਂਚ ਵੀ ਗਲੀ ਪਈ ਸੀ, ਆਹ ਬੰਦ ਕੰਮ ਬੰਦੇ ਨੇ ਵਧੀਆ ਕਰਾਇਆ, ਸੰਗਲੀਆਂ ਲਾ ਕੇ ਹਨਾ, ਪਿੰਨਾ ਖੋਣ ਤੇ ਸਾਹ ਥੱਲੇ ਵੀ ਸੰਗਲੀਆਂ ਲਾਈਆਂ ਹੋਈਆਂ, ਐ ਨੀ ਵੀ ਪਿੰਨ ਖੋ ਜੂਗੀ ਨਾ, ਇਹ ਗੱਲ ਤਾਂ ਹੈਗੀ ਰਿਪੇਅਰ ਨੀ ਹੈਗੀ ਮਸ਼ੀਨ ਦੀ, ਚੈਨਾ ਚੂਨਾ ਨਾ, ਫੀਟਰ ਵਾਲੀਆਂ ਚੈਨ, ਐਲੀਵੇਟਰ ਵਾਲੀ ਚੈਨ, ਫ੍ਰੀ ਸ਼ਾਫਟ ਵਾਲੇ, ਹਾਂ ਉਕਣੇ ਵਧੀਆ, ਰਿਪੇਅਰ ਨੀ ਠੋਕ ਕੇ ਕਰੀ ਹੋਈ, ਇਹ ਤਾਂ ਗੱਲ ਹੈਗੀ ਆ, ਵੀ ਜਿਹਨੇ ਮਸ਼ੀਨ ਸਾਂਭੀ ਹੋਈ ਸੀ, ਸਾਂਭ ਕੇ ਰੱਖੀ ਹੋਈ ਸੀ, ਐ ਨੀ ਦੀ ਗੱਲ ਹੈਗੀ, ਬਲੋਰ ਬਲੂਰ ਨਵੇਂ ਮਾਡਲ ਚ ਲਾ ਕੇ ਹਨਾ, ਇਹ ਵੀ ਖਾਸੀ ਭਾਰੀ ਆ ਜੈਨ ਗੁੱਪੀ, ਜਾਂ ਕੱਢ ਲਿਆ ਕੱਢ ਲਿਆ ਤੂੰ ਮਸ਼ੀਨ ਲਿਆ, ਚੱਲਦੇ ਉੱਥੇ ਨੀ ਚੱਲਦੇ ਆਪਾਂ, ਸਾਡਾ ਜੈਨ ਗੋਪੀ ਪਾ ਕੇ ਮਾੜੀ ਮਸ਼ੀਨ ਉੱਥੇ ਕਰ ਦੀ, ਕੈਂਚੀਆਂ ਕੂੰਚੀਆਂ ਰੰਗ ਕਰਤੀਆਂ ਬਾਈ ਹੇਠਾਂ ਹੀ, ਅਡਜਸਟਮੈਂਟ ਆਹ ਗਲਤ ਲੱਗ ਗਏ ਬੰਦੇ ਜਾਂਦੀਆਂ ਜੀ ਹਨਾ, ਮੈਂ ਕਹਿੰਦਾ ਇੱਥੇ ਖੋਲ ਲਈ ਆਹ ਮਸ਼ੀਨ ਤਾਂ ਆਪਣੇ ਵਾਲੀ ਹੈ ਮਨੀ, ਮੈਂ ਤਾਂ ਕਹਿੰਦਾ ਇੱਥੇ ਖੋਲ ਲਓ, ਹੈਂ ਬਾਹਰ ਕੱਢਦੇ ਨੇ ਉੱਥੇ ਯਾਰ, ਹੁਣ ਕਿਹੜਾ ਹੋਸ ਪੈਂਦੀ ਆ, ਚੱਕੇ ਹੋ ਜਾਣੀ ਰੰਗ ਕਰਕੇ, ਚੱਕੇ ਚੱਕੇ ਜਾਣੀ ਆਪਾਂ ਚੱਕ ਦਾਂਗੇ ਯਾਰ, ਥੋੜੀ ਮਿਹਨਤ ਕਰ ਲਾਂਗੇ, ਸੁੱਕ ਗਿਆ ਆਹੋ ਅੱਜ ਦੀ ਰਾਤ ਪਿਆ ਰਹਿਣ ਦੇ, ਇਹਨੂੰ ਇੱਥੇ ਖੋਲ ਲੈਂਗੇ, ਹੈਂ ਆ ਰਾਜੂ ਕਿਤੇ ਸ਼ੀਸ਼ਾ ਜਿਹਾ ਖੋਲ ਇਹਦਾ, ਲੱਗਿਆ ਲੱਗੇ ਲੱਕੜੀ ਸੀ ਉਹ ਬੁਰੀ ਭੈੜੀ ਲੱਗਦੀ, ਦੂਆ ਲਵਾ ਦਾਂਗੇ ਸਾਈਡਾਂ ਸੂਡਾਂ, ਸਾਈਡਾਂ ਵਾਲੇ ਲਵਾ ਦਾਂਗੇ, ਪੈਪ ਲਿਆਵਾਂਗੇ ਬਣਵਾ ਕੇ ਲਾ ਲਾਂਗੇ ਇੱਥੇ, ਜਿੱਥੇ ਮਰਜ਼ੀ ਪਾਲਾ ਪਾਣੀ, ਹੈਂ ਇਹਦੇ ਕੋਲ ਪਾਈਆਂ, ਇਹਦੇ ਕੋਲੇ ਜਿੱਥੇ ਆ ਜੋੜ ਆ ਐਂਗਲ ਆ ਇਹਦੇ ਕੋਲ ਨੂੰ ਪਾਈ, ਕੈਂਚੀ ਥੱਲੇ ਆਵੇ।